ਅਵਲ ਹਮਦ ਸਨਾ ਇਲਾਹੀ ਜੋ ਮਾਲਿਕ ਹਰ ਹਰ ਦਾ ਉਸਦਾ ਨਾਮ ਚਿਤਾਰਨ ਵਾਲਾ ਹਰ ਮੈਦਾਨ ਹਰ ਦਾ ਕਾਮ ਤਮਾਮ ਮਯਸਰ ਹੁੰਦੇ ਨਾਮ ਉਹਦਾ ਚਿਤ ਧਰਿਆ ਰਹਿਮੋ ਸੁੱਕੇ ਸਾਵੇ ਕਰਦਾ ਤਹਿਰੋ ਸਾਲੇ ਹਰਿਆ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ। ਸਾਰੀਆਂ ਸੋਹਣੀਆਂ ਵਡਿਆਈਆਂ ਉਹਦੇ ਵਾਸਤੇ, ਸਾਰੇ ਸੋਹਣੇ ਤੇ ਸੁੱਚੇ ਨਾਂ ਉਹਦੇ ਵਾਸਤੇ, ਸਾਰੇ ਉੱਚੇ ਰੁਤਬੇ ਉਹਦੇ ਵਾਸਤੇ ਜਿਹਦੇ ਨਾਵਾਂ ਵਿੱਚੋਂ ਇੱਕ ਨਾਂ ਰਹਿਮਾਨ ਹੈ। ਐਫ ਐਮ ਪੰਜਾਬ ਰੰਗ ਤੋਂ ਇਸ ਵੇਲੇ ਤੁਸੀਂ ਨਾਸਿਰ ਅਹਿਮਦ ਦੀ ਆਵਾਜ਼ ਸੁਣ ਰਹੇ ਹੋ। ਰਾਵਲਪਿੰਡੀ, ਇਸਲਾਮਾਬਾਦ, ਮਰੀ, ਕੋਹਟਾ, ਕੋਟਲੀ ਸਤੀਆਂ, ਗੋਜਰ ਖਾਨ, ਫਤਿਹ ਜੰਗ, ਟੈਕਸਲਾ, ਰਵਾਤ, ਜੇਲਮ, ਜਿੱਥੇ ਜਿੱਥੇ ਸਾਡੀ ਆਵਾਜ਼ ਅੱਪੜੀ ਹੈ ਅਤੇ ਜਿੱਥੇ ਸਾਡੀ ਆਵਾਜ਼ 'ਤੇ ਅੱਪੜੀ ਹੈ, ਉਸ ਸ਼ਹਿਰ ਜਾਂ ਉਸ ਸਥਾਨ ਦਾ ਮੈਂ ਨਾਂ ਨਹੀਂ ਲਿਆ, ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਅੱਜ ਸਾਡੇ ਲਈ ਬੜੇ ਇਜ਼ਾਜ਼ ਅਤੇ ਬੜੇ ਮਾਣ ਦੀ ਗੱਲ ਹੈ। ਬ੍ਰਾਡਕਾਸਟਿੰਗ ਦਾ ਇੱਕ ਬਹੁਤ ਵੱਡਾ ਨਾਂ, ਇੱਕ ਬੜੀ ਜਾਨੀ ਪਛਾਨੀ ਅਤੇ ਮੰਨੀ ਪਰਮੰਨੀ ਆਵਾਜ਼ ਉਹਨਾਂ ਨੇ ਸਾਨੂੰ ਇੱਜ਼ਤ ਬਖਸ਼ੀ ਹੈ। ਅੱਜ ਰੇਡੀਓ ਪੰਜਾਬ ਰੰਗ ਦੇ ਵਿਹੜੇ ਦੀ ਰੌਣਕ ਵਧਾਈਏ ਅਤੇ ਉਹਨਾਂ ਦੀ ਸ਼ਖਸੀਅਤ ਅਤੇ ਉਹਨਾਂ ਦੇ ਫਨ ਦੇ ਕਈ ਹਵਾਲੇ ਨੇ, ਅਸੀਂ ਉਹਨਾਂ 'ਤੇ ਗੱਲ ਕਰਾਂਗੇ। ਉਹ ਬ੍ਰਾਡਕਾਸਟਰ ਵੀ ਨੇ, ਸਹਾਫ਼ੀ ਵੀ ਨੇ ਅਤੇ ਫ੍ਰੀ ਲਾਂਸਰ ਵੀ ਨੇ। ਅਸੀਂ ਉਹਨਾਂ ਕੋਲ ਇਹ ਵੀ ਪੁੱਛਾਂਗੇ ਕਿ ਫ੍ਰੀ ਲਾਂਸਿੰਗ ਕੀ ਹੁੰਦੀ ਹੈ, ਜ਼ਰਾ ਸੌਖੇ ਲਫ਼ਜ਼ਾਂ 'ਚ ਸਾਡੇ ਸੁਣਨ ਵਾਲਿਆਂ ਨੂੰ ਦੱਸੋ। ਅਤੇ ਜੀ, ਸਾਡੇ ਨਾਲ ਮੌਜੂਦ ਨੇ ਅਨੀਲਾ ਬਸ਼ੀਰ ਸਾਹਿਬਾ। ਅਤੇ ਅਨੀਲਾ ਜੀ, ਅਸੀਂ ਤੁਹਾਨੂੰ ਪੰਜਾਬ ਰੰਗ ਦੇ ਵਿਹੜੇ 'ਚ ਜੀ ਆਇਆਂ ਨੂੰ ਕਹਿੰਦੇ ਹਾਂ। ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਮੈਨੂੰ ਇੱਥੇ ਬੁਲਾਇਆ। ਔਰ ਤੁਸੀਂ ਬਹੁਤ ਜ਼ਿਆਦਾ ਬੋਲਦੇ ਤਾਂ ਮੇਰੇ ਬਾਰੇ ਵਿੱਚ, ਇੰਨਾ ਕੁਝ ਨਹੀਂ ਹੈ। ਮੈਂ ਤਾਂ ਖੁਦ, ਮੈਂ ਕਹਿੰਦੀ ਹਾਂ ਕਿ ਮੈਂ ਸਟੂਡੈਂਟ ਹਾਂ ਔਰ ਹਾਲੇ ਵੀ ਇੰਨਾ ਕੁਝ ਸਿੱਖ ਰਹੀ ਹਾਂ। ਮੈਂ ਅੱਜ ਤੁਹਾਡੇ ਕੋਲੋਂ ਵੀ ਕੁਝ ਸਿੱਖ ਕੇ ਜਾਵਾਂਗੀ ਇਨਸ਼ਾਅੱਲਾ। ਤੁਹਾਡਾ ਕੰਮ ਬੋਲਦਾ, ਕਿਉਂਕਿ ਜਿਹੜਾ ਤੁਸੀਂ ਰੇਡੀਓ ਪਾਕਿਸਤਾਨ 'ਤੇ ਪ੍ਰੋਗਰਾਮ ਕਰਦੇ ਹੋ ਔਰ ਸਾਨੂੰ ਜਿਹੜੇ ਲਿਸਨਰ ਵੀ ਦੱਸਦੇ ਨੇ, ਔਰ ਅਸੀਂ ਖੁਦ ਬੜੇ ਸ਼ੌਕ ਨਾਲ ਤੁਹਾਡਾ ਪ੍ਰੋਗਰਾਮ ਸੁਣਨੇ ਹਾਂ, ਔਰ ਅੱਜ ਅਸੀਂ ਤੁਹਾਡੇ ਕੋਲ ਬੜਾ ਕੁਝ ਸਿੱਖਾਂਗੇ ਬ੍ਰੋਡਕਾਸਟਿੰਗ ਦੇ ਹਵਾਲੇ ਨਾਲ। ਅਸੀਂ ਤੁਹਾਡੇ ਕੋਲ ਇਹ ਵੀ ਪੁੱਛਾਂਗੇ ਕਿ ਇੱਕ ਚੰਗੇ ਬ੍ਰੋਡਕਾਸਟਰ 'ਚ ਕੀ ਹੋਬੀਆਂ ਹੁੰਦੀਆਂ ਨੇ। ਬਹੁਤ ਸਾਰੇ ਸਟੂਡੈਂਟ ਵੀ ਸਾਨੂੰ ਸੁਣਦੇ ਨੇ, ਲੇਕਿਨ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਾਂਗੇ ਇੱਕ ਸੁਫੀਆਨਾ ਕਲਾਮ ਦੇ ਨਾਲ। ਫਿਰ ਪ੍ਰਤੀ ਆਵਾਂਗੇ ਅਤੇ ਜਿਹਨਾਂ ਲੋਕਾਂ ਨੇ ਹੁਣੇ ਆਪਣੇ ਰੇਡੀਓ ਦੀਆਂ ਸੂਈਆਂ ਪੰਜਾਬ ਰੰਗ ਵੱਲ ਮੋੜੀਆਂ ਨੇ, 0551 92 520 'ਤੇ ਕਾਲ ਕਰੋ, 0333 92 593 'ਤੇ ਵਟਸਐਪ ਰਾਹੀਂ ਮੈਸੇਜ ਕਰ ਲਓ। ਜੀ, ਇੱਕ ਵਾਰ ਫਿਰ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਮੁਹੱਬਤਾਂ ਸੱਚੀਆਂ ਦਾ ਤੁਸੀਂ ਗੀਤ ਸੁਣ ਰਹੇ ਸੋ, ਮੈਂ ਜੀਣਾ ਤੇਰੇ ਨਾਲ। ਅਤੇ ਅੱਜ ਸਾਡੇ ਲਈ ਬੜੇ ਇਜ਼ਾਜ਼ ਅਤੇ ਬੜੇ ਮਾਣ ਦੀ ਗੱਲ ਹੈ ਕਿ ਮੰਨੀ ਪਰਮੰਨੀ ਬ੍ਰੋਡਕਾਸਟਰ ਅਨੀਲਾ ਬਸ਼ੀਰ ਸਾਹਿਬਾ ਸਾਡੇ ਨਾਲ ਮੌਜੂਦ ਨੇ। ਅਤੇ ਇਹਨਾਂ ਦੀ ਸ਼ਖਸੀਅਤ, ਇਹਨਾਂ ਦੇ ਫਨ ਦੇ ਕਈ ਪੱਖ ਨੇ ਅਤੇ ਇੱਕ ਹੋਰ ਪੱਖ ਵੱਲ ਵਧਨੇ ਹਾਂ। ਹੁਣ ਅਸੀਂ ਗੱਲ ਕਰਨੇ ਹਾਂ ਸਹਾਫ਼ਤ ਬਾਰੇ। ਤੁਸੀਂ ਰਿਪੋਰਟਿੰਗ ਕੀਤੀ ਔਰ ਤੁਸੀਂ ਇਸ ਦੇ ਬਾਰੇ ਵੀ ਸਾਨੂੰ ਦੱਸਣਾ, ਔਰ ਬੀਇੰਗ ਅ ਗਰਲ ਯਾਨੀ ਕਿ ਇੱਕ ਕੁੜੀ ਹੋਣ ਦੇ ਨਾਤੇ ਤੁਸੀਂ ਕੈਸਾ ਮਹਿਸੂਸ ਕੀਤਾ ਕਿ ਕੈਸੀ ਫੀਲਡ ਹੈ, ਕਿੰਨੀਆਂ ਕੀ ਔਕੜਾਂ ਤੁਹਾਨੂੰ ਪੇਸ਼ ਆਈਆਂ ਔਰ ਤੁਸੀਂ ਕਿਵੇਂ ਇਹਨਾਂ ਦਾ ਮੁਕਾਬਲਾ ਕੀਤਾ, ਇਹ ਸਾਰਾ ਦੱਸੋ ਸਾਨੂੰ। ਸਭ ਤੋਂ ਪਹਿਲੇ ਤਾਂ ਤੁਸੀਂ ਜਦੋਂ ਘਰੋਂ ਨਿਕਲਦੇ ਹੋ ਨਾ, ਖਵਾਤੀਨ ਵਾਸਤੇ ਖਾਸ ਤੌਰ 'ਤੇ ਲੜਕੀਆਂ, ਅਗਰ ਤੁਸੀਂ ਯੰਗ ਹੋ ਤਾਂ ਵੀ ਤੁਹਾਡਾ ਮਸਲਾ, ਤੁਸੀਂ ਖਾਤੂਨ ਹੋ ਤਾਂ ਵੀ ਤੁਹਾਡੇ ਨਾਲ ਮਸਲਾ ਹੈ। ਅਤੇ ਤੁਹਾਨੂੰ ਘਰੋਂ ਬਾਹਰ ਨਿਕਲ ਕੇ ਕੰਮ ਕਰਨਾ, ਲੋਕਾਂ ਨਾਲ ਮਿਲਣਾ ਬੜਾ ਮੁਸ਼ਕਿਲ ਹੈ। ਔਰ ਤੁਸੀਂ ਨਾ ਆਪਣੇ ਘਰ ਦੇ ਹਿੱਲੇ ਹੁੰਦੇ, ਲਾਡ ਪਿਆਰ ਦੇ ਹਿੱਲੇ ਹੁੰਦੇ, ਤੁਸੀਂ ਬਾਹਰ ਜਾਂਦੇ ਹੋ ਤਾਂ ਹਰ ਇਨਸਾਨ ਦਾ ਆਪਣਾ ਇੱਕ ਮਿਜ਼ਾਜ ਹੈ ਅਤੇ ਇਹ ਚੀਜ਼ ਬੜੀ ਤੁਹਾਡੀ ਆੜੇ ਵੀ ਆਉਂਦੀ। ਲੇਕਿਨ ਅਗਰ ਤੁਸੀਂ ਕੰਮ ਕਰਨਾ ਹੈ ਨਾ, ਤਾਂ ਤੁਸੀਂ ਸਾਰਿਆਂ ਦੇ ਨਾਲ ਆਪਣੀ ਬਣਾ ਕੇ ਰੱਖਣੀ ਹੈ। ਖਾਸ ਜਿਹੜੇ ਪਹਿਲੇ ਲੋਕ ਉੱਥੇ ਮੌਜੂਦ ਨੇ ਨਾ, ਉਹ ਤੁਹਾਨੂੰ ਬਹੁਤ ਕੁਝ ਸਿਖਾਉਣਗੇ, ਲੇਕਿਨ ਤੁਸੀਂ ਸਿੱਖਣੇ ਵਾਲੇ ਬਣੋ। ਅਗਰ ਅਸੀਂ ਸਿੱਖਾਂਗੇ ਨਹੀਂ ਤਾਂ ਅਸੀਂ ਜਾ ਕੇ ਕਹਾਂਗੇ ਜੀ ਅਸੀਂ ਤਾਂ ਸਿੱਖ ਕੇ ਆਏ ਹਾਂ, ਅਤੇ ਉਹ ਫਿਰ ਤੁਹਾਡਾ ਨਾ ਉਹਨਾਂ ਦੇ ਨਾਲ ਇੱਕ ਵਰਕਿੰਗ ਰਿਲੇਸ਼ਨਸ਼ਿਪ ਨਹੀਂ ਬਣ ਸਕਦਾ। ਅਤੇ ਮੈਂ ਜਦੋਂ ਗਈ ਸੀ, ਮੈਂ ਜਿਨ੍ਹਾਂ ਵਿੱਚ ਇੰਟਰਨਸ਼ਿਪ ਕੀਤੀ, ਔਰ ਸਾਡੇ ਤਜ਼ੀਨ ਅਖਤਰ ਸਾਹਿਬ ਨੇ, ਐਡੀਟਰ ਸਨ ਉਸ ਵਕਤ, ਉਹ ਹੁਣ ਅਸਕਾਰ ਦੇ ਐਡੀਟਰ ਨੇ, ਉਹਨਾਂ ਨੇ ਬੜਾ ਸਿਖਾਉਣੇ ਦੀ ਕੋਸ਼ਿਸ਼ ਕੀਤੀ। ਬਹੁਤ ਅਸੀਂ ਨਲਾਇਕ ਸਟੂਡੈਂਟਸ ਹਾਂ, ਲੇਕਿਨ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਤੁਸੀਂ ਕਿਸ ਤਰ੍ਹਾਂ ਲਿਖਣਾ ਹੈ, ਮੈਗਜ਼ੀਨ ਖਾਸ ਤੌਰ 'ਤੇ।
ਬਹੁਤ ਮੁਸ਼ਕਿਲ ਹੈ ਇੱਕ ਮੈਗਜ਼ੀਨ ਨੂੰ ਚਲਾਉਣਾ, ਤਜ਼ੀਆ ਕਰਨਾ, ਰਿਪੋਰਟਸ ਬਣਾਉਣਾ, ਉਹਨਾਂ ਨੇ ਥੋੜ੍ਹਾ ਬਹੁਤ ਸਿਖਾਇਆ। ਫਿਰ ਮੈਂ ਔਸਾਫ ਤੋਂ ਸਟਾਰਟ ਲਿੱਤਾ ਸੀ, ਔਰ ਰਿਪੋਰਟਿੰਗ ਕਰਨਾ, ਖਬਰ ਕਿਸ ਤਰ੍ਹਾਂ ਬਣਾਉਣੀ ਹੈ ਔਰ ਖਬਰ ਵਿੱਚ ਕੀ ਚੀਜ਼ ਜ਼ਰੂਰੀ ਹੈ, ਕਿਸ ਤਰ੍ਹਾਂ ਤੁਸੀਂ ਅਲਫਾਜ਼ ਦਾ ਇਸਤੇਮਾਲ ਕਰਨਾ, ਥੋੜ੍ਹਾ ਬਹੁਤ ਤੁਹਾਨੂੰ ਪਤਾ ਹੋਣਾ ਚਾਹੀਦਾ ਫਿਰ ਵੀ, ਤਾਂ ਕਿ ਜਦੋਂ ਤੁਸੀਂ ਕਿਧਰੇ ਜਾਓ ਕਿਸੇ ਕੰਮ ਵਾਸਤੇ ਤਾਂ ਉਹ ਇਹ ਨਾ ਕਹਿਣ ਕਿ ਇਹ ਤਾਂ ਬੰਦਾ ਲੱਗਦਾ ਹੈ ਕਿ ਬਿਲਕੁਲ ਹੀ ਕਰੂੰ ਉੱਠ ਕੇ ਤਾਂ ਸਿੱਧਾ ਇੱਧਰ ਆ ਗਿਆ ਵੇ, ਇਹਨੂੰ ਕੁਛ ਪਤਾ ਹੀ ਨਹੀਂ। ਅਤੇ ਈਵਨ ਜਿਹੜੇ ਲੋਕ ਮੈਸ ਕਮਿਊਨੀਕੇਸ਼ਨ ਕਰਕੇ ਆਉਂਦੇ ਨਾ, ਉਹਨਾਂ ਦਾ ਵੀ ਇਹੀ ਅਲਮੀਆ ਵੇ ਕਿ ਉਹ ਪੜ੍ਹ ਤਾਂ ਲੈਂਦੇ ਨੇ ਪਰ ਕਿਉਂਕਿ ਅਮਲੀ ਤੌਰ 'ਤੇ ਸਾਡੀ ਪ੍ਰੈਕਟਿਸ ਨਹੀਂ ਕਰਾਈ ਜਾਂਦੀ, ਔਰ ਇਹ ਬਾਕੀ ਇਸ ਗੱਲ ਨੂੰ ਮੈਂ ਤੁਹਾਨੂੰ ਕਹਾਂਗੀ ਕਿ ਬਹੁਤ ਘੱਟ ਪ੍ਰੈਕਟਿਸ ਹੁੰਦੀ। ਤੁਹਾਨੂੰ ਜੋ ਇੰਟਰਨਸ਼ਿਪ ਹੁੰਦੀ ਹੈ ਨਾ, ਇਹ ਇੰਟਰਨਸ਼ਿਪ ਦਾ ਸਿਲਸਿਲਾ ਸਾਲ ਪੂਰਾ ਹੋਣਾ ਚਾਹੀਦਾ, ਆਖਰੀ ਤੁਹਾਡਾ ਜਿਹੜਾ ਸਾਲ ਹੈ ਤੁਸੀਂ ਜ਼ਰੂਰ ਕਰੋ ਇੰਟਰਨਸ਼ਿਪ, ਆਪਣੀ ਤਰਫੋਂ ਵੀ ਜ਼ਾਤੀ ਤੌਰ 'ਤੇ ਵੀ ਸਿੱਖੋ ਕਿਧਰੇ ਜਾ ਕੇ ਕੰਮ ਕਰਕੇ ਅਤੇ ਵਿਖਾਓ। ਔਰ ਦੇਖੋ ਅਸੀਂ ਵੈਸਟ ਦੀ ਗੱਲ ਕਰਦੇ ਹਾਂ ਅਤੇ ਵੈਸਟ 'ਚ ਪੜ੍ਹਾਈ ਦੇ ਨਾਲ ਨਾਲ ਤਾਲੀਮ, ਮਤਲਬ ਤਾਲੀਮ ਦੇ ਨਾਲ ਨਾਲ ਜਿਹੜਾ ਤੁਸੀਂ ਕੰਮ ਵੀ ਕਰਨਾ ਹੁੰਦਾ, ਮੈਟ੍ਰਿਕ ਦੇ ਬਾਅਦ ਤੁਸੀਂ ਇੰਡੀਪੈਂਡੈਂਟ ਹੋ ਜਾਂਦੇ ਹੋ। ਤੁਸੀਂ ਅਸੀਂ ਕਰਦੇ ਹਾਂ, ਅਸੀਂ ਸਾਰੀ ਜ਼ਿੰਦਗੀ ਆਪਣੇ ਵਾਲਦੈਨ ਦੇ ਉੱਤੇ ਬੋਝ ਬਣ ਕੇ ਰਹਿੰਦੇ ਹਾਂ, ਸਾਨੂੰ ਸਿਖਾਇਆ ਨਹੀਂ ਜਾਂਦਾ ਕਿ ਤੁਸੀਂ ਅਤੇ ਤੁਸੀਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਇਸ ਤਰਫ਼ ਲੈ ਕੇ ਤਾਲੀਮ ਦੇ ਨਾਲ ਨਾਲ ਛੋਟਾ ਮੋਟਾ ਕੋਈ ਫ੍ਰੀਲਾਂਸਿੰਗ ਦਾ, ਮੈਂ ਤੁਹਾਨੂੰ ਦੱਸਾਂ ਕਿ ਮੈਂ ਵੀ ਕੀਤਾ ਵੇ, ਮੈਂ ਹੁਣ ਵੀ ਕਰਦੀ ਹਾਂ ਵੀ, ਤੁਸੀਂ ਫ੍ਰੀਲਾਂਸਿੰਗ ਵੀ ਕਰ ਸਕਦੇ ਹੋ। ਅੱਜ ਕੱਲ੍ਹ ਟੈਕਨੋਲੋਜੀ, ਤੁਸੀਂ ਘਰ ਬੈਠੇ ਬਹੁਤ ਸਾਰੇ ਪ੍ਰੋਗਰਾਮਸ ਵਿੱਚ ਸ਼ਾਮਿਲ ਹੋ ਸਕਦੇ ਹੋ। ਬਹੁਤ ਸਾਰੇ ਲੋਕ ਸੁਣਦੇ ਨੇ ਔਰ ਹਰ ਤਬਕੇ ਦੇ ਲੋਕ ਨੇ, ਅਤੇ ਬਹੁਤ ਸਾਰੇ ਲੋਕਾਂ ਨੂੰ ਫ੍ਰੀਲਾਂਸਿੰਗ ਦਾ ਨਹੀਂ ਪਤਾ, ਅਤੇ ਮੈਂ ਚਾਹਾਂਗਾ ਜ਼ਰਾ ਤੁਸੀਂ ਸੌਖੇ ਲਫ਼ਜ਼ਾਂ 'ਚ ਸਮਝਾਓ ਕਿ ਫ੍ਰੀਲਾਂਸਿੰਗ ਹੈ ਕੀ। ਫ੍ਰੀਲਾਂਸਿੰਗ ਦੇਖੋ, ਜ਼ਾਹਿਰ ਤੁਸੀਂ ਇੱਕ ਇਦਾਰੇ ਨੂੰ ਜਾ ਕੇ ਜੁਆਇਨ ਕਰਦੇ ਹੋ, ਉਹਦੇ ਨਾਲ ਬਾਕਾਇਦਾ ਕੰਮ ਕਰਦੇ ਹੋ, ਨੌਕਰੀ ਕਰਦੇ ਹੋ, ਕਿਸੇ ਅਖਬਾਰ ਨਾਲ, ਕਿਸੇ ਚੈਨਲ ਨਾਲ, ਕਿਸੇ ਰੇਡੀਓ ਦੇ ਉਸ ਇਦਾਰੇ ਨਾਲ ਚਲੇ ਜਾਂਦੇ ਹੋ ਤੁਸੀਂ ਬਾਕਾਇਦਾ, ਉਹ ਤੁਹਾਡਾ 9 to 5 ਹੈ ਜਾਂ 8 to 4 ਤੁਹਾਡਾ ਕੰਮ ਹੈ, ਉਹ ਤੁਸੀਂ ਕਰਨਾ। ਫ੍ਰੀਲਾਂਸਿੰਗ ਇਹ ਵੇ ਕਿ ਤੁਸੀਂ ਕਿਸੇ ਵੀ ਇਦਾਰੇ ਨੂੰ ਆਪਣੀ ਸਰਵਿਸਿਜ਼ ਦੇ ਸਕਦੇ ਹੋ ਥੋੜ੍ਹੇ ਜਿਹੇ ਵਕਤ ਵਾਸਤੇ, ਯਾਨੀ ਕਿ ਕੋਈ ਵੈਬਸਾਈਟਸ ਵੀ, ਤੁਹਾਨੂੰ ਦੱਸਾਂਗੀ ਕਿ ਬਹੁਤ ਸਾਰੀਆਂ ਅਸੀਂ ਵੈਬਸਾਈਟਸ ਨਿਊਜ਼ ਦੀਆਂ ਖਾਸ ਤੌਰ 'ਤੇ ਜਿਹੜੀਆਂ ਤੁਹਾਨੂੰ ਔਫਰ ਕਰਦੀਆਂ ਨੇ, ਉਹਨਾਂ ਦੇ ਈਮੇਲ ਐਡਰੈਸਿਸ ਹੁੰਦੇ ਨੇ ਜਿੱਥੇ ਤੁਸੀਂ ਆਪਣੀ ਸੀਵੀ ਭੇਜ ਸਕਦੇ, ਉਹ ਤੁਹਾਨੂੰ ਫਿਰ ਕਾਲ ਕਰਦੇ ਨੇ, ਅਤੇ ਅਗਰ ਉਹ ਸਮਝਦੇ ਨੇ ਕਿ ਤੁਸੀਂ ਮਤਲਬ ਉਹਨਾਂ ਦੇ ਮੁਤਾਬਿਕ ਕੰਮ ਕਰ ਸਕਦੇ ਹੋ, ਤੁਹਾਨੂੰ ਔਫਰ ਵੀ ਕਰਦੇ ਨੇ, ਫਿਰ ਉੱਥੇ ਕੋਈ ਇੱਕ ਸਟੋਰੀ ਤੁਸੀਂ ਕਰਨੀ ਹੈ, ਅਗਰ ਤੁਸੀਂ ਕਰ ਸਕਦੇ ਹੋ ਤਾਂ ਉਹ ਤੁਹਾਨੂੰ ਦੇ ਦੇਣਗੇ ਮੌਕਾ, ਤੁਸੀਂ ਕਰੋ ਵੀਡੀਓ ਬਣਾ ਕੇ ਉਹਨਾਂ ਉਹਦੇ ਵੀਡੀਓ ਰਿਪੋਰਟ ਤੁਸੀਂ ਕਰ ਸਕਦੇ ਹੋ। ਇਹਦੇ ਇਲਾਵਾ ਔਨਲਾਈਨ ਤੁਸੀਂ ਬਹੁਤ ਸਾਰੇ ਯੂਟਿਊਬ ਚੈਨਲਸ ਨੇ ਜਿਹੜੇ ਤੁਹਾਨੂੰ ਔਫਰ ਕਰਦੇ ਨੇ ਕਿ ਤੁਸੀਂ ਉਹਨਾਂ ਦੇ ਨਾਲ ਪ੍ਰੋਗਰਾਮ ਕਰੋ, ਘਰ ਬੈਠੇ ਹੋ ਪ੍ਰੋਗਰਾਮ ਵਿੱਚ ਸ਼ਾਮਿਲ ਹੋਵੋ, ਤੁਸੀਂ ਇਹ ਵੀ ਕਰ ਸਕਦੇ ਹੋ। ਔਰ ਸਿਰਫ ਮੈਂ ਹਮੇਸ਼ਾ ਕਹਿੰਦੀ ਹਾਂ, ਮੈਂ ਆਪਣੇ ਪ੍ਰੋਗਰਾਮ ਵਿੱਚ ਵੀ ਲਾਜ਼ਮੀ ਇਹ ਗੱਲ ਕਹਿੰਦੀ ਹਾਂ ਕਿ ਸਾਡੀ ਜਿਹੜੀ ਟੈਕਨੋਲੋਜੀ ਹੈ ਨਾ, ਸਾਨੂੰ ਥੋੜ੍ਹਾ ਜਿਹਾ ਉਹਦਾ ਸਾਥ ਦੇਣਾ ਪਏਗਾ, ਕਿਉਂਕਿ ਅਸੀਂ ਪੂਰੀ ਦੁਨੀਆ ਤੋਂ ਬਹੁਤ ਪਿੱਛੇ ਹਾਂ, ਸਿਰਫ ਇਸ ਵਜ੍ਹਾ ਨਾਲ ਕਿ ਅਸੀਂ ਹਾਲੇ ਵੀ ਆਪਣੀਆਂ ਪੁਰਾਣੀਆਂ ਚੀਜ਼ਾਂ ਨਾਲ ਚਿਪਕੇ ਹੋਏ ਹਾਂ। ਜਿਹੜੀ ਨਵੀਂ ਚੀਜ਼ ਇੱਕ ਆਉਂਦੀ ਹੈ, ਜਿਸ ਤਰ੍ਹਾਂ ਮੀਡੀਆ ਪਹਿਲੇ ਸੀ, ਅਖਬਾਰ ਸੀ, ਅਖਬਾਰ ਤੋਂ ਬਾਅਦ ਇਲੈਕਟ੍ਰੋਨਿਕ ਮੀਡੀਆ ਆਇਆ, ਔਰ ਇਲੈਕਟ੍ਰੋਨਿਕ ਮੀਡੀਆ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ, ਲੇਕਿਨ ਫਿਰ ਜਦੋਂ ਡਿਜੀਟਲ ਦਾ ਦੌਰ ਆਇਆ ਅਤੇ ਇਲੈਕਟ੍ਰੋਨਿਕ ਵਿੱਚ ਵੀ ਤੁਹਾਨੂੰ ਪਤਾ ਕਿ ਬਹੁਤ ਜ਼ਿਆਦਾ ਸਾਨੂੰ ਕਮੀ ਦੇਖਣੀ, ਬਹੁਤ ਸਾਰੇ ਲੋਕ ਜੋਬਲੈਸ ਵੀ ਹੋ ਗਏ ਇਸ ਦੀ ਵਜ੍ਹਾ ਨਾਲ, ਕਿਉਂਕਿ ਡਿਜੀਟਲ ਦਾ ਦੌਰ ਸੀ, ਲੋਕ ਉਸ ਤਰਫ ਸ਼ਿਫਟ ਹੋ ਗਏ। ਹੁਣ ਲੋਕ ਜਿਹੜੇ ਨੇ ਡਿਜੀਟਲ ਵਿੱਚ ਵੀ ਬਹੁਤ ਕੁਝ ਅਸੀਂ ਕਰ ਸਕਦੇ ਹਾਂ, ਅਸੀਂ ਘਰ ਬੈਠੇ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਬੈਠ ਕੇ ਅਤੇ ਕੰਮ ਕਰ ਸਕਦੇ ਹਾਂ, ਉਹਨਾਂ ਨੂੰ ਰਿਪੋਰਟਸ ਬਣਾ ਕੇ ਦੇ ਸਕਦੇ ਹਾਂ, ਉਹਨਾਂ ਨੂੰ ਨਿਊਜ਼ ਪ੍ਰੋਗਰਾਮ ਕਰ ਸਕਦੇ ਹਾਂ। ਔਰ ਸਿਰਫ ਐਂਕਰਿੰਗ ਜਿਹੜਾ ਵੇ ਉਹ ਨਹੀਂ ਹੈ ਸਹਾਫ਼ਤ, ਇਹ ਹਮੇਸ਼ਾ ਯਾਦ ਰੱਖਿਓ, ਸਹਾਫ਼ਤ ਜਿਹੜਾ ਵੇ ਬਹੁਤ ਵਸੀ ਫੀਲਡ ਹੈ, ਇਹਦੇ ਵਿੱਚ ਲਿਖਣਾ, ਲਿਖਾਉਣਾ, ਤਜ਼ੀਆ ਕਰਨਾ, ਕੋਲਮ ਨਿਗਾਰੀ ਵੀ ਆਉਂਦੀ ਹੈ, ਬਹੁਤ ਕੁਛ ਆਉਂਦਾ। ਇਹ ਸਾਰੇ ਕੰਮ ਅਗਰ ਤੁਸੀਂ ਸਿੱਖ ਲਓ ਨਾ, ਜਾਂ ਕਿਸੇ ਇੱਕ ਸ਼ੋਅ 'ਤੇ, ਖਾਸ ਤੌਰ 'ਤੇ ਤੁਹਾਨੂੰ ਸਿਰਫ ਇਹ
ਗੱਲ ਕਰਨੀ ਆ ਜਾਏਗੀ, ਤੁਸੀਂ ਕਿਸ ਤਰ੍ਹਾਂ ਆਪਣੀ ਗੱਲ ਦਾ ਇਜ਼ਹਾਰ, ਆਪਣੀ ਸੋਚ ਦਾ ਇਜ਼ਹਾਰ ਕਰਨਾ, ਤੁਸੀਂ ਬਹੁਤ ਅੱਛੇ ਬ੍ਰੌਡਕਾਸਟਰ ਵੀ ਬਣ ਸਕਦੇ ਹੋ, ਤੁਸੀਂ ਬਹੁਤ ਅੱਛੇ ਤੁਸੀਂ ਸਹਾਫ਼ੀ ਵੀ ਬਣ ਸਕਦੇ ਹੋ, ਬਹੁਤ ਅੱਛੇ ਤੁਸੀਂ ਜਿਹੜਾ ਵੇ ਐਂਕਰ ਵੀ ਬਣ ਸਕਦੇ ਹੋ, ਸਾਰੇ ਸ਼ੋਬੇ ਤੁਸੀਂ ਜਿਹੜਾ ਵੇ ਇੱਕ ਇੱਕ ਕਰਕੇ ਐਕਸਪਲੋਰ ਵੀ ਕਰੋ, ਕੰਮ ਵੀ ਕਰੋ, ਅਤੇ ਆਪਣੀ ਸਲਾਹੀਅਤ ਜਿਹੜਾ ਉਹਦੇ ਬਲਬੂਤੇ 'ਤੇ ਤੁਸੀਂ ਆਪਣਾ ਲੋਹਾ ਵੀ ਮਨਵਾ ਲਓ। ਬੜੀ ਚੰਗੀ ਤੁਸੀਂ ਨੀਲਾ ਜੀ ਗੱਲ ਕੀਤੀ, ਬਹੁਤ ਸਾਰੇ ਲੋਕ ਸਾਨੂੰ ਸੁਣ ਰਹੇ ਨੇ ਅਤੇ ਪ੍ਰੋਗਰਾਮ ਦਾ ਵੇਲਾ ਵੀ ਘੱਟ ਰਿਹਾ, ਉਹਨਾਂ ਨੂੰ ਸ਼ਾਮਿਲ ਕਰਨਾ ਵੀ ਜ਼ਰੂਰੀ ਹੈ। ਆਫਰੀਨ ਸਾਨੂੰ ਸੁਣ ਰਹੀਆਂ ਨੇ ਅਤੇ ਉਹਨਾਂ ਦੀ ਇੱਕ ਫਰਮਾਇਸ਼ ਆ, ਉਹ ਕਹਿੰਦੀਆਂ ਨੇ ਕਿ ਨੀਲਾ ਸਾਹਿਬਾਂ ਨੂੰ ਕਹੋ ਕਿ ਆਪਣੇ ਮਖਸੂਸ ਅੰਦਾਜ਼ ਪਠਵਾਰੀ ਸਟਾਈਲ ਵਿੱਚ ਜ਼ਰਾ ਗੱਲ ਕਰਕੇ ਦੱਸਣ, ਜਿਵੇਂ ਕਿ ਰਾਵਣ ਰਵੇਲ 'ਤੇ ਤੁਸੀਂ ਕਰਦੇ ਹੋ ਜੀ। ਸਜਣੋ ਦੇ ਮਿੱਤਰੋ, ਤੁਸੀਂ ਸੁਣ ਰਹੇ ਹੋ ਸਾਨੂੰ ਪ੍ਰੋਗਰਾਮ, ਔਰ ਇਸ ਵਕਤ ਪੰਜਾਬ ਰੰਗ ਵਿੱਚ ਅਸੀਂ ਸਾਨੂੰ ਸ਼ਾਮਿਲ ਹਾਂ, ਔਰ ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਮੌਜੂਦ ਹਨ ਨਾਸਿਰ ਸਾਹਿਬ। ਔਰ ਨਾਸਿਰ ਸਾਹਿਬ ਬਹੁਤ ਸ਼ੁਕਰੀਆ ਵੀ ਕਿ ਤੁਸੀਂ ਪਠਵਾਰੀ ਬੋਲਣੇ ਵਾਸਤੇ ਵੀ ਆਖਿਆ, ਬੜਾ ਮੁਸ਼ਕਿਲ ਹੈ ਆਪਣੀ ਮਦਰ ਟੰਗ ਵਿੱਚ ਆਪਣੀ ਜਿਹੜੀ ਅਸਾਂ ਆਣੇ ਨਾ ਮਾਂ ਬੋਲੀ ਉਸ ਵਿੱਚ ਗੱਲ ਕਰਨਾ, ਔਰ ਅਸਾਂ ਜਿਸ ਪ੍ਰੋਗਰਾਮ ਵਿੱਚ ਆਉਂ ਹੈ ਤਾਂ ਪੰਜਾਬੀ ਪਰ ਪਠਵਾਰੀ ਔਰ ਪੰਜਾਬੀ ਨਾਲ ਬੜਾ ਆਪਸ ਵਿੱਚ ਗਹਿਰਾ ਰਿਸ਼ਤਾ, ਬੜਾ ਗੂੜਾ ਰੰਗ ਹੈ ਇਹਨਾਂ ਦੋਵਾਂ ਨਾਲ, ਔਰ ਇਹ ਗੂੜਾ ਰੰਗ ਅੱਲਾ ਕਰੇ ਕਿਸੇ ਤਰ੍ਹਾਂ ਕਾਇਮ ਰਵੇ। ਔਰ ਮੈਂ ਇਹ ਵੀ ਆਖ ਸਕਦੀ ਕਿ ਇਸ ਵਕਤ ਕਿਉਂਕਿ ਅਸਾਂ ਰਾਵਲਪਿੰਡੀ ਸੋ ਪ੍ਰੋਗਰਾਮ ਪੇ ਕਰਨੇ ਆ, ਔਰ ਰਾਵਲਪਿੰਡੀ ਐਸਾ ਸ਼ਹਿਰ ਹੈ ਜਿਸ ਵਿੱਚ ਬਹੁਤ ਸਾਰੀਆਂ ਜ਼ਬਾਨਾਂ ਜਿਹੜੀਆਂ ਨੇ ਇੱਕ ਵਕਤ ਵਿੱਚ ਅੱਗੇ ਸੁਣਨੇ ਕਿ ਔਰ ਤੱਕਣੇ ਕਿ ਮਿਲਣ, ਲੋਕ ਵੀ ਮਿਲਣ, ਔਰ ਬਹੁਤ ਸਾਰਾ ਜਿਹੜਾ ਆਣੇ ਨਾ ਸਕਾਫਤ ਨੇ ਰੰਗ ਸੰਗੇ ਮਿਲਣ, ਉਹ ਸਾਰੇ ਰੰਗ ਜਿਹੜੇ ਨੇ ਉਹ ਇਸ ਸ਼ਹਿਰ ਦੀ ਖੂਬਸੂਰਤੀ ਹੀ ਹੈ, ਔਰ ਇਸ ਸ਼ਹਿਰ ਵਿੱਚ ਰਹਿਣ ਵਾਲੇ ਨੇ ਜਿਹੜੀ ਮੁਹੱਬਤ ਔਰ ਪਿਆਰ ਹੈ ਤੁਸਾਂ ਕਿ ਹਰ ਜਗ੍ਹਾ ਮਿਲ ਸਨ, ਲਾਹੌਰ ਸੂ, ਗੁਜਰਾਤ ਸੂ, ਮੰਡੀ ਬਹਾਉਦੀਨ ਸੂ, ਪਤਾ ਨਹੀਂ ਕਿਹੜੇ ਕਿਹੜੇ ਸ਼ਹਿਰ ਨੇ, ਅਗਰ ਸਰਾਇਕੀ ਬੈਲਟ ਚਲੇ ਜਾਓ ਤਾਂ ਉਹ ਵੀ ਲੋਕ ਸਨ ਕਿ ਇਕੱਠੇ ਇੱਕ ਜਗ੍ਹਾ ਬੈਠੇ ਗੱਲਾਂ ਕਰਨੇ, ਖਾਣੇ ਪੀਣੇ ਆਪਸ ਵਿੱਚ ਮਿਲ ਸਨ, ਔਰ ਇਹ ਇਸ ਸ਼ਹਿਰ ਦੀ ਖੂਬਸੂਰਤੀ ਹੈ। ਔਰ ਇਸ ਸ਼ਹਿਰ ਨਾ ਮੇਰਾ ਖਿਆਲ ਹੈ ਕਿ ਹਾਲੇ ਤੱਕ ਜਿਹੜਾ ਆ ਰਹੇ ਨਾ ਅਸਾਂ ਕਿ ਜ਼ਮਾਨੇ ਬਹੁਤ ਤਰੱਕੀ ਕਰੇਗੀ, ਪਰ ਅਸਾਂ ਨਾਲ ਜਿਹੜਾ ਸ਼ਹਿਰ ਵਾਲੇ ਵੀ ਉਸੇ ਤਰ੍ਹਾਂ ਹੀ ਆ। ਬੜੀ ਚੰਗੀ ਤੁਸੀਂ ਗੱਲ ਕੀਤੀ, ਰਾਵਲਪਿੰਡੀ ਸ਼ਹਿਰ ਜਿਹੜਾ ਹੈ ਇਹ ਸਕਾਫਤੀ ਤੇ ਲਸਾਨੀ ਰੰਗਾ ਰੰਗੀ ਦਾ ਗੜ੍ਹ ਹੈ। ਬਿਲਕੁਲ, ਤੇ ਹੋਰ ਵੀ ਕੁਝ ਲੋਕ ਸਾਨੂੰ ਸੁਣ ਰਹੇ ਨੇ, ਇਸਾਕ ਇਵਾਨ ਸਾਹਿਬ ਸਾਨੂੰ ਸੁਣ ਰਹੇ ਨੇ, ਤੇ ਅਨੀਲਾ ਜੀ ਉਹ ਕਹਿੰਦੇ ਨੇ ਕਿ ਅਸੀਂ ਤੁਹਾਡੀ ਪਠਵਾਰੀ ਸੁਣਨੇ ਆ ਤੇ ਅੱਜ ਤੁਹਾਡੀ ਪੰਜਾਬੀ ਸੁਣ ਕੇ ਵੀ ਬੜਾ ਚੰਗਾ ਲੱਗਾ, ਔਰ ਤੁਹਾਨੂੰ ਪੰਜਾਬੀ ਤੇ ਬੜੀ ਗ੍ਰਿਫਤ ਹਾਸਲ ਹੈ। ਗ੍ਰਿਫਤ ਦੀ ਵਜ੍ਹਾ ਇਹੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਕਿਉਂਕਿ ਪਿੰਡੀ ਵਿੱਚ ਤੁਹਾਨੂੰ ਹਰ ਤਰ੍ਹਾਂ ਦੇ ਲੋਕ ਮਿਲਣਗੇ, ਹਰ ਤਰ੍ਹਾਂ ਦੀ ਜ਼ਬਾਨ ਮਿਲੇਗੀ। ਮੈਂ ਕਿਉਂਕਿ ਮੈਂ ਜਿਸ ਇਲਾਕੇ ਵਿੱਚ ਰਹੀ ਹਾਂ ਉੱਥੇ ਲਾਹੌਰੀ ਵੀ ਸਨ, ਉੱਥੇ ਗੁਜਰਾਤੀ ਵੀ ਸਨ, ਉੱਥੇ ਮੰਡੀ ਬਹਾਉਦੀਨ ਦੇ ਵੀ ਲੋਕ ਸਨ, ਉੱਥੇ ਮਰੀ ਦੇ ਵੀ ਲੋਕ ਸਨ, ਮਾਨਸੇਰਾ ਦੇ ਵੀ ਲੋਕ ਸਨ, ਉੱਥੇ ਅਟਕ ਦੇ ਵੀ ਲੋਕ ਸਨ, ਅਤੇ ਇਹ ਸਾਰੇ ਜਿਹੜੀਆਂ ਜ਼ਬਾਨਾਂ ਸਨ, ਫਿਰ ਗੁਜਰ ਖਾਨ ਦੇ ਵੀ ਲੋਕ ਸਨ, ਫਿਰ ਚਕਵਾਲ ਸਾਈਡ ਦੇ, ਮਤਲਬ ਹਰ ਇਲਾਕੇ ਦੇ ਦੂਰ ਦੂਰ ਦੇ ਸਾਰੇ ਲੋਕ ਆਪਣੇ ਰੋਜ਼ਗਾਰ ਦੇ ਸਿਲਸਿਲੇ ਵਿੱਚ ਇੱਥੇ ਆ ਕੇ ਅਤੇ ਆਬਾਦ ਹੋ ਜਾਂਦੇ ਨੇ, ਉਹ ਫਿਰ ਜਿਹੜੇ ਸਾਰੇ ਰੰਗ ਨੇ ਤੁਹਾਨੂੰ ਇੱਕ ਜਗ੍ਹਾ ਇੱਕ ਗਲੀ ਵਿੱਚ ਮਿਲ ਜਾਂਦੇ ਨੇ, ਫਿਰ ਤੁਸੀਂ ਉਹਨਾਂ ਸਾਰਿਆਂ ਦੇ ਨਾਲ ਕੋਸ਼ਿਸ਼ ਕਰਦੇ ਹੋ ਕਿ ਬਜ਼ੁਰਗ ਨੇ, ਅਤੇ ਤੁਸੀਂ ਉਹਨਾਂ ਦੀ ਜ਼ਬਾਨ ਵਿੱਚ ਉਹਨਾਂ ਨਾਲ ਗੱਲ ਕਰੋ, ਇਸ ਤਰ੍ਹਾਂ ਫਿਰ ਤੁਸੀਂ ਨਾ ਉਹਨਾਂ ਦੀ ਜ਼ਬਾਨ ਉਹਨਾਂ ਕੋਲ ਸੁਣ ਕੇ ਉਹਨਾਂ ਨਾਲ ਬੋਲਣਾ ਸ਼ੁਰੂ ਕਰ ਦਿੰਦੇ ਹੋ। ਤੇ ਸਾਨੂੰ ਸੁਣ ਰਹੇ ਨੇ ਜੀ ਸਾਕਬ ਇਵਾਨ ਸਾਹਿਬ ਰਾਵਲਪਿੰਡੀ ਤੋਂ, ਤੇ ਉਹ ਕਹਿੰਦੇ ਨੇ ਜੀ ਅਨੀਲਾ ਸਾਹਿਬਾਂ ਦੀਆਂ ਗੱਲਾਂ ਸੁਣ ਕੇ ਬੜਾ ਮਜ਼ਾ ਆ ਰਿਹਾ ਹੈ। ਬੱਕਰ ਮੰਡੀ ਤੋਂ ਅਬਦੁਲ ਅਮੀਰ ਸਾਹਿਬ ਸੁਣ ਰਹੇ ਨੇ, ਤੇ ਉਹਨਾਂ ਨੇ ਵੀ ਇਹ ਗੱਲ ਕੀਤੀ ਕਿ ਅਸੀਂ ਰੈਗੂਲਰ, ਹਾਂਜੀ, ਉਹਨਾਂ ਨੇ ਰੇਡੀਓ ਪਾਕਿਸਤਾਨ ਤੇ ਸੁਣਨੇ ਆ ਤੇ ਅੱਜ ਪੰਜਾਬ ਰੰਗ ਤੇ ਸੁਣ ਕੇ ਬੜਾ ਚੰਗਾ ਲੱਗ ਰਿਹਾ। ਨਜ਼ੀਰ ਸਾਹਿਬ ਸਾਨੂੰ ਲਈਆ ਤੋਂ ਸੁਣ ਰਹੇ ਨੇ, ਜਮਸ਼ੇਦ ਫਾਰੂਕੀ ਸਾਨੂੰ ਸੁਣ ਰਹੇ ਨੇ, ਆਸ਼ਾ ਜ਼ਫਰ ਸਾਨੂੰ ਸੁਣ ਰਹੀਆਂ ਨੇ, ਕਹਿੰਦੀਆਂ ਨੇ ਕਿ ਜੀਆਂ ਇਹਨੂੰ ਕਹਿੰਦੇ ਆ ਪੰਜਾਬ ਰੰਗ ਦੇ ਵੇਲੇ 'ਚ, ਅੱਜ ਪਹਿਲੀ ਵਾਰੀ ਸੀ ਅਨੀਲਾ ਸਾਹਿਬਾ ਦੀ ਆਵਾਜ਼ ਸੁਣ ਰਹੇ ਹਾਂ। ਲੁਬਨਾ ਮਹਿਮੂਦ ਵੀ ਸਾਨੂੰ ਸੁਣ ਰਹੀਆਂ ਨੇ, ਤੇ ਤੁਹਾਡਾ ਸਭ ਦਾ ਸ਼ੁਕਰੀਆ। ਇੱਕ ਹੋਰ ਗੀਤ ਅਸੀਂ ਸੁਣਨੇ ਆ,
ਫਿਰ ਪੜ੍ਹਦੇ ਹਾਂ ਮੈਂ ਵਾਪਸ ਸੁਣਦੇ ਰਹਿਣਾ ਐਫਐਮ ਪੰਜਾਬ ਰੰਗ ਜੀ। ਇੱਕ ਵਾਰੀ ਫਿਰ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ, ਅੱਜ ਇੱਕ ਖਸੂਸੀ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ ਅਤੇ ਸਾਡੇ ਲਈ ਬੜੇ ਮਾਣ ਅਤੇ ਬੜੇ ਇਜ਼ਾਜ਼ ਦੀ ਗੱਲ ਹੈ। ਮੰਨੀ ਪ੍ਰਮੰਨੀ ਬ੍ਰੌਡਕਾਸਟਰ ਅਨੀਲਾ ਬਸ਼ੀਰ, ਉਹਨਾਂ ਨੇ ਪੰਜਾਬ ਰੰਗ ਦੇ ਵਿਹੜੇ ਦੀ ਅੱਜ ਰੌਣਕ ਵਧਾਈ ਹੈ। ਅਸੀਂ ਉਹਨਾਂ ਨਾਲ ਗੱਲ ਕੀਤੀ ਬ੍ਰੌਡਕਾਸਟਿੰਗ ਦੇ ਹਵਾਲੇ ਦੇ ਨਾਲ, ਸਹਾਫਤ ਦੇ ਹਵਾਲੇ ਨਾਲ ਗੱਲ ਕੀਤੀ, ਫ੍ਰੀ ਲਾਂਸਿੰਗ ਦੇ ਬਾਰੇ ਉਹਨਾਂ ਦੱਸਿਆ। ਅਤੇ ਅਨੀਲਾ ਜੀ, ਥੋੜ੍ਹੀ ਜਿਹੀ ਅਸੀਂ ਗੱਲ ਕਰਾਂਗੇ ਪਠਵਾਰੀ ਔਰ ਹਿੱਤਾ ਏ ਪਠਵਾਰ, ਇੱਥੇ ਦੀ ਸਕਾਫਤ ਬਾਰੇ, ਇੱਥੇ ਦੀ ਜਿਹੜਾ ਸੋਹਣੀ ਮਿੱਠੀ ਮਾਂ ਬੋਲੀ ਬਾਰੇ। ਅਤੇ ਤੁਹਾਡੀ ਵੀ ਬੜੀ ਗਹਿਣੀ ਜੁੜਤ ਹੈ, ਤੁਸੀਂ ਪ੍ਰੋਗਰਾਮ ਵੀ ਕਰਦੇ ਹੋ ਪਠਵਾਰੀ ਦੇ ਵਿੱਚ, ਅਤੇ ਕੀ ਕਰੋਗੇ ਕਿ ਮਾਂ ਬੋਲੀ ਦੀ ਕੀ ਅਹਿਮੀਅਤ ਹੈ? ਦੇਖੋ, ਸਾਡੀ ਪਹਿਚਾਣ ਜਿਹੜੀ ਹੈ ਸਿਰਫ ਸਾਡੀ ਮਾਂ ਬੋਲੀ ਹੀ ਹੈ। ਔਰ ਅਗਰ ਅਸੀਂ ਕਹਿੰਦੇ ਨਾ, ਅਗਰ ਅਸੀਂ ਕੋਈ ਦਰਖਤ ਆਪਣੀ ਜੜ੍ਹ ਨੂੰ ਛੱਡ ਦੇਗਾ ਤਾਂ ਉਹ ਕਦੇ ਖੜ੍ਹਾ ਨਹੀਂ ਰਹਿ ਸਕਦਾ। ਅਤੇ ਸਾਡਾ ਵੀ ਇਹੀ ਹੈ ਕਿ ਅਸੀਂ ਅੱਜ ਅਗਰ ਥੋੜ੍ਹਾ ਜਿਹਾ ਪਿੱਛੇ ਹਾਂ ਨਾ ਦੁਨੀਆ ਕੋਲੋਂ, ਤਾਂ ਸਾਡੀ ਪਿੱਛੇ ਰਹਿਣ ਦੀ ਵਜ੍ਹਾ ਵੀ ਇਹੀ ਹੈ। ਅਸੀਂ ਬਹੁਤ ਸਾਰੇ ਗੱਲਾਂ ਵਿੱਚ ਵੈਸਟ ਨੂੰ ਜਿਹੜਾ ਵੇ ਮਿਸਾਲ ਦਿੰਦੇ ਹਾਂ, ਉਹ ਕਿੱਥੇ ਪਹੁੰਚੀਆਂ ਨੇ। ਲੇਕਿਨ ਅਗਰ ਅਸੀਂ ਸੋਚੀਏ ਕਿ ਇੰਨਾ ਅੱਗੇ ਜਾਣ ਦੀ ਵਜ੍ਹਾ ਕੀ ਸੀ, ਤਾਂ ਉਹ ਇਹੀ ਸੀ ਕਿ ਉਹਨਾਂ ਨੇ ਆਪਣੀ ਜਿਹੜੀ ਜ਼ਬਾਨ ਸੀ ਉਹਨੂੰ ਜ਼ਰੀਏ ਇਜ਼ਹਾਰ ਵੀ ਬਣਾਇਆ, ਉਹਨੂੰ ਤਾਲੀਮ ਦਾ ਜ਼ਰੀਆ ਵੀ ਬਣਾਇਆ। ਔਰ ਉਸ ਨੂੰ ਮਤਲਬ ਅਸੀਂ ਕਹਿੰਦੇ ਨਾ ਕਿ ਅਸੀਂ ਥੋੜ੍ਹਾ ਜਿਹਾ ਹੋ ਜਾਂਦੇ ਹਾਂ, ਝਿਜਕ ਜਾਂਦੇ ਹਾਂ ਆਪਣੀ ਮਾਂ ਬੋਲੀ ਬੋਲਣ ਵਿੱਚ ਜਾਂ ਆਪਣੀ ਜਿਹੜੀ ਮਾਦਰੀ ਜ਼ਬਾਨ ਹੈ ਉਹਦਾ ਜ਼ਿਕਰ ਕਰਨ। ਲੇਕਿਨ ਉਹ ਲੋਕ ਆਪਣੀ ਜ਼ਬਾਨ ਨੂੰ ਕਦੇ ਨਹੀਂ ਛੱਡਦੇ। ਅਤੇ ਤੁਹਾਡੀ ਪਹਿਚਾਣ ਔਰ ਦੁਨੀਆ ਵਿੱਚ ਤੁਹਾਡਾ ਮਕਾਮ ਜਿਹੜਾ ਵਾ, ਤੁਹਾਡੀ ਆਪਣੀ ਮਾਂ ਬੋਲੀ ਦੇ ਜ਼ਰੀਏ ਹੀ ਆ ਸਕਦਾ, ਵਰਨਾ ਨਹੀਂ ਆ ਸਕਦਾ। ਬੜੀ ਤੁਸੀਂ ਚੰਗੀ ਗੱਲ ਕੀਤੀ। ਅਸੀਂ ਲੜਕੀਆਂ ਦੀ ਤਾਲੀਮ ਦੇ ਬਾਰੇ ਵੀ ਗੱਲ ਕੀਤੀ, ਅਤੇ ਦੌਰੇ ਜਦੀਦ ਵਿੱਚ ਹੁਣ ਤਾਂ ਲੜਕੀਆਂ ਅੱਛੀ ਤਾਲੀਮ ਹਾਸਲ ਕਰ ਰਹੀਆਂ। ਲੇਕਿਨ ਫਿਰ ਵੀ ਮੈਂ ਚਾਹਾਂਗਾ ਕਿ ਤੁਸੀਂ ਸਾਡੇ ਸੁਣਨ ਵਾਲਿਆਂ ਲਈ ਦੱਸੋ, ਕਿਉਂਕਿ ਤੁਸੀਂ ਇੱਕ ਰੋਲ ਮਾਡਲ ਹੋ, ਤੁਸੀਂ ਇੱਕ ਪਤਾ ਲੜਕੀ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਅਚੀਵ ਕੀਤੀਆਂ, ਬੜੀ ਜ਼ਿੰਦਗੀ 'ਚ ਸਟਰਗਲ ਕੀਤੀ, ਇੱਕ ਨਾਮ ਔਰ ਇੱਕ ਮੁਕਾਮ ਹਾਸਲ ਕੀਤਾ, ਇਹਦੇ ਵਿੱਚ ਔਕੜਾਂ ਵੀ ਬੜੀਆਂ ਆਈਆਂ। ਤੁਸੀਂ ਕੀ ਸਮਝਦੇ ਹੋ ਕਿ ਸਾਡੇ ਮੁਲਕ ਦੀ ਤਾਮੀਰ ਔਰ ਤਰੱਕੀ ਵਿੱਚ ਲੜਕੀਆਂ ਦੀ ਨਾ ਸਿਰਫ ਤਾਲੀਮ ਬਲਕਿ ਜਦੀਦ ਤਾਲੀਮ ਦਾ ਕਿੰਨਾ ਕੁ ਹੱਥ ਹੈ? ਬਹੁਤ ਜ਼ਿਆਦਾ ਹੱਥ ਹੈ। ਤੁਸੀਂ ਵੇਖੋ ਕਿ ਜਦੋਂ ਵੀ ਰਿਜ਼ਲਟ ਆਉਂਦੇ ਨਾ ਪਿੰਡੀ ਬੋਰਡ ਦੇ ਅਤੇ ਫੈਡਰਲ ਬੋਰਡ ਦੇ, ਮੈਟ੍ਰਿਕ ਦੇ ਔਰ FA BA FSC BSc ਦੇ, ਅਤੇ ਉਹਦੇ ਵਿੱਚ ਜਿਹੜੀਆਂ ਬੱਚੀਆਂ ਨੇ ਉਹ ਹਮੇਸ਼ਾ ਟੋਪਰ ਹੁੰਦੀਆਂ ਨੇ। ਇਹਦੀ ਵਜ੍ਹਾ ਐਵੇਂ ਕਿ ਅੱਲਾਹ ਤਾਲਾ ਨੇ ਕਿਸੇ ਨੂੰ ਵੀ ਇਸ ਵਜ੍ਹਾ ਤੋਂ ਮਤਲਬ ਵੱਡਾ ਨਹੀਂ ਕੀਤਾ ਕਿ ਮਰਦ ਨੂੰ ਸਾਰੀਆਂ ਮਤਲਬ ਕੁਝ ਗੱਲਾਂ ਵਿੱਚ ਮਰਦ ਨੂੰ ਫੋਕੇ ਦਿੱਤੀ ਗਈ, ਕੁਝ ਗੱਲਾਂ ਵਿੱਚ ਜਿਹੜਾ ਵੇ ਔਰਤ ਨੂੰ ਫੋਕੇ ਦਿੱਤੀ ਗਈ। ਅਤੇ ਅਗਰ ਇਹ ਦੋਵੇਂ ਮਿਲ ਜਾਵਣ ਤਾਂ ਕਿੰਨਾ ਅੱਛਾ ਹੋ ਜਾਏ। ਮੈਂ ਕਹਿੰਦੀ ਹਾਂ ਕਿ ਅਸੀਂ ਅਗਰ ਇੱਥੇ ਹਾਂ ਇਹਦੇ ਪਿੱਛੇ ਸਾਡੇ ਵਾਲਦੈਨ ਨੇ, ਔਰ ਬਾਕੀ ਤੁਹਾਡੇ ਜਿਹੜੇ ਵਾਲਦੈਨ ਨੇ ਖਾਸ ਤੌਰ 'ਤੇ, ਕਿਸੇ ਗੱਲ 'ਚ ਵਾਲਦ ਤੁਹਾਨੂੰ ਬੜਾ ਸਪੋਰਟ ਕਰਦੇ ਨੇ, ਕਿਸੇ ਗੱਲ 'ਚ ਤੁਹਾਨੂੰ ਵਾਲਦਾ ਸਪੋਰਟ ਕਰਦੀਆਂ ਨੇ, ਅਤੇ ਇਹ ਉਹਨਾਂ ਦੀ ਜੇ ਉਹ ਸਾਡੇ ਵਾਲਦੈਨ ਇੰਨੇ ਪੜ੍ਹੇ ਲਿਖੇ ਵੀ ਨਹੀਂ ਸਨ, ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਸਾਨੂੰ ਮਤਲਬ ਖੁੱਲ੍ਹੀ ਇਜਾਜ਼ਤ ਦਿੱਤੀ ਸੀ ਜੋ ਕਰਨਾ ਚਾਹੋ। ਕਦੇ ਇਹ ਨਹੀਂ ਕਿਹਾ ਕਿ ਨਹੀਂ ਇਹ ਸ਼ੋਭਾ ਨਹੀਂ ਤੁਹਾਡੇ ਵਾਸਤੇ ਠੀਕ। ਸਹਾਫਤ ਵਿੱਚ ਵੀ ਇਸੇ ਤਰ੍ਹਾਂ ਖਵਾਤੀਨ ਦੇ ਬਾਰੇ 'ਚ ਕਿਹਾ ਜਾਂਦਾ ਸੀ, ਪਰ ਕਦੇ ਨਹੀਂ ਕਿਹਾ ਉਹਨਾਂ ਨੇ, ਬਲਕਿ ਕਹਿੰਦੇ ਸਨ ਮਤਲਬ ਉਹਦਾ ਕੋਈ ਟਾਈਮ ਵੀ ਨਹੀਂ ਹੁੰਦਾ ਸੀ ਕਦੇ ਕਦੇ। ਅਤੇ ਮੈਂ ਕਿਉਂਕਿ ਕਰੰਟ ਅਫੇਅਰਸ ਵਿੱਚ ਵੀ ਕੰਮ ਕੀਤਾ ਵਕਤ ਚੈਨਲ ਵਿੱਚ, ਅਤੇ ਬਹੁਤ ਲੇਟ ਵੀ ਹੋ ਜਾਂਦੇ ਸੀ ਕਿਉਂਕਿ ਲਾਈਵ ਪ੍ਰੋਗਰਾਮ ਹੁੰਦਾ ਸੀ। ਅਤੇ ਉਹ ਕਹਿੰਦੇ ਸਨ ਬਸ ਸਾਨੂੰ ਦੱਸ ਦਿਓ ਕਿ ਤੁਸੀਂ ਕਿਸ ਵਕਤ ਪਹੁੰਚਣਾ, ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ, ਪਰ ਸਾਨੂੰ ਇਹ ਪਰੇਸ਼ਾਨੀ ਹੁੰਦੀ ਹੈ, ਇਹ ਤੁਹਾਡੇ ਵਾਲਦੈਨ ਦਾ ਇਤਮਾਦ ਹੁੰਦਾ ਜਿਹੜਾ ਤੁਹਾਨੂੰ ਅੱਗੇ ਵਧਣੇ ਵਿੱਚ ਬੜੀ ਮਦਦ ਕਰਦਾ। ਫਿਰ ਜਦੋਂ ਸ਼ਾਦੀ ਹੋ ਜਾਂਦੀ ਹੈ ਅਤੇ ਸ਼ਾਦੀ ਦੇ ਬਾਅਦ ਫਿਰ ਤੁਹਾਡੇ ਜਿਹੜੇ ਜ਼ਾਹਿਰ ਸਿਰਫ ਸ਼ੋਹਰ ਦੀ ਗੱਲ ਨਹੀਂ ਹੁੰਦੀ, ਘਰ ਦੇ ਬਾਕੀ ਅਫਰਾਦ ਵੀ ਜਿਹੜੇ ਨੇ ਉਹ ਵੀ ਤੁਹਾਡੇ ਨਾਲ ਔਰ ਤੁਹਾਨੂੰ ਖੁਦ ਜਿਹੜਾ ਵੀ ਸਪੋਰਟ ਕਰਦੇ ਨੇ ਤੁਹਾਡੇ ਕੰਮ ਦੀ ਵਜ੍ਹਾ ਨਾਲ, ਔਰ ਤਾਂ ਹੀ ਤੁਸੀਂ ਜਿਹੜਾ ਵੀ ਆਪਣਾ ਕੰਮ ਕਰ ਸਕਦੇ ਹੋ। ਕਦੇ ਕਦੇ ਇਸ ਤਰ੍ਹਾਂ ਹੁੰਦਾ ਹੈ ਕਿ ਸਾਨੂੰ ਆਪਣੀ ਆਪਣੀ ਜਿਹੜੀ ਫੀਲਡ ਹੈ ਨਾ ਕੁਝ ਕਦਮ ਪਿੱਛੇ ਜਾਣਾ ਪੈਂਦਾ, ਉਹ ਪਿੱਛੇ ਜਾਣਾ ਜਿਹੜਾ ਵੀ ਉਹਦੇ 'ਚ ਕੋਈ ਕੀ ਕਹਿੰਦੇ ਨੇ ਕਿ ਦੁੱਖ ਦੀ ਗੱਲ ਨਹੀਂ ਹੈ, ਕੋਈ ਐਸੀ ਮਤਲਬ ਤਕਲੀਫ ਵਾਲੀ ਗੱਲ ਨਹੀਂ ਹੈ, ਸਿਰਫ ਇਹ ਵੇ ਕਿ ਕਦੇ ਕਦੇ ਸਾਨੂੰ ਥੋੜ੍ਹਾ ਜਿਹਾ ਫੁੱਟਬੈਕ ਹੋਣਾ ਪੈਂਦਾ। ਉਹਦੇ ਬਾਅਦ ਫਿਰ ਜਦੋਂ ਤੁਸੀਂ ਖੁਦ ਬੱਚੇ ਹੋ ਗਏ ਨੇ ਜਾਂ ਘਰ 'ਤੇ ਕੋਈ ਹੋਰ ਮਜਬੂਰੀ ਹੈ, ਤੁਸੀਂ ਛੋੜ ਦਿੰਦੇ ਹੋ, ਅਤੇ ਜਦੋਂ ਉਹ ਮਜਬੂਰੀ ਤੁਹਾਡੀ ਖਤਮ ਹੋ ਜਾਂਦੀ ਹੈ ਤਾਂ ਤੁਹਾਨੂੰ
ਖੁਦ ਤੁਹਾਡੇ ਘਰ ਵਾਲੇ ਵੀ ਸਪੋਰਟ ਕਰਕੇ ਮੈਂ ਖੁਦ ਮੈਂ ਕਹਿੰਦੀ ਮੇਰੇ ਇਨ-ਲਾਅਸ ਨੇ ਮੈਨੂੰ ਇੰਨਾ ਸਪੋਰਟ ਕੀਤਾ ਨਹੀਂ ਤੁਸੀਂ ਕਰ ਸਕਦੇ ਹੋ ਤੁਸੀਂ ਕਿਉਂ ਨਹੀਂ ਕਰਦੇ ਹੋ ਮਤਲਬ ਇਹ ਚੀਜ਼ ਜਿਹੜੀ ਨਾ ਮੇਰੇ ਹਸਬੈਂਡ ਖੁਦ ਮੈਨੂੰ ਹਰ ਜਗ੍ਹਾ ਲੈ ਕੇ ਜਾਂਦੇ ਨੇ ਰੇਡੀਓ ਮਤਲਬ ਮੈਂ ਕਰੀ ਮੈਂ ਸਾਰਿਆਂ ਨੂੰ ਕਹਿੰਦੀ ਮੈਂ ਤਾਂ ਕਰੀ ਵਰਨਾ ਮੈਂ ਨਹੀਂ ਸਾਂ ਕਰ ਸਕਦੀ ਕਿ ਉਹ ਮੈਨੂੰ ਲੈ ਕੇ ਜਾਂਦੇ ਨੇ ਉਹ ਮੈਨੂੰ ਸਪੋਰਟ ਕਰਦੇ ਨੇ ਇਹ ਜਿਹੜੀ ਸਪੋਰਟ ਹੈ ਨਾ ਤੁਹਾਡੀ ਇਹ ਬੜੀ ਜ਼ਰੂਰੀ ਹੈ ਔਰ ਇਸ ਦੀ ਕਦਰ ਵੀ ਥੋੜ੍ਹੀ ਜਿਹੀ ਕਰ ਲਓ ਅਤੇ ਬਹੁਤ ਅੱਛੀ ਗੱਲ ਹੈ ਵਾਹ ਬੜੀ ਚੰਗੀ ਤੁਸੀਂ ਗੱਲ ਕੀਤੀ ਸਾਡੇ ਨਾਲ ਮੌਜੂਦ ਸਨ ਬ੍ਰੌਡਕਾਸਟਰ ਮੰਨੀ ਪਰਮੰਨੀ ਬ੍ਰੌਡਕਾਸਟਰ ਅਤੇ ਸਹਾਫ਼ੀ ਅਨੀਲਾ ਬਸ਼ੀਰ ਸਾਹਿਬਾ ਅਸੀਂ ਅੱਜ ਉਹਨਾਂ ਕੋਲ ਬੜਾ ਸਿੱਖਿਆ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਉਹਨਾਂ ਦੀ ਗੱਲਾਂ ਸੁਣ ਕੇ ਇੰਜੋਏ ਕੀਤਾ ਹੋਵੇਗਾ ਅਤੇ ਇਹਨਾਂ ਦੇ ਐਸੇ ਬੜੇ ਸੋਹਣੀ ਚੰਗੀ ਗੱਲ ਅਤੇ ਇਹਨਾਂ ਦੇ ਪੈਗਾਮ ਦੇ ਨਾਲ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਰੱਬ ਰਾਖਾ